ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਹੁਣ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਜਿਨ੍ਹਾਂ ਦੇ ਅਸੀਂ ਸੰਪਰਕ ਵਿੱਚ ਆਉਂਦੇ ਹਾਂ ਉਹਨਾਂ ਤੋਂ ਹੀ ਸਾਨੂੰ ਆਪਣੇ ਬਾਰੇ ਪਤਾ ਲੱਗਦਾ ਹੈ ਕਮ ਪੁਰਸ਼ ਸੰਕਲਪ ਹੈ ਕਲਾ ਇਸਤਰੀ ਸੰਕਲਪ ਹੈ ਨਾਚ ਗੀਤ ਅਤੇ ਸੰਗੀਤ ਕੰਮ ਮੁਕਾਂ ਦੀ ਖੁਸ਼ੀ ਵਿੱਚ ਉਪਜਦੇ ਹਨ ਅਤੇ ਇਹ ਸਾਰੇ ਹੋਰ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ ਹਰ ਸਮਾਜ ਅਤੇ ਹਰ ਵਰਗ ਦੀਆਂ ਰਸਮਾਂ ਰੀਤੀਆਂ ਅਤੇ ਕ੍ਰਿਤੀਆਂ ਦੀ ਕਿਸਮ ਵੱਖਰੀ ਹੁੰਦੀ ਹੈ ਨਿਰਾਸ਼ਾਵਾਦੀ ਕਦੇ ਮਹੱਤਵਪੂਰਨ ਨਹੀਂ ਹੁੰਦੇ ਅਤੇ ਮਹੱਤਵਪੂਰਨ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ ਸੰਸਾਰ ਨਾ ਸਿਆਣਾ ਹੈ ਨਾ ਹੀ ਤਕਪੂਰਨ ਕਿਉਂਕਿ ਸੰਸਾਰ ਤਰਕ ਨਾਲ ਨਹੀਂ ਭਾਵਨਾਵਾਂ ਨਾਲ ਚਲਾਇਆ ਚਲਦਾ ਹੈ ਚਮਕਦੇ ਸੂਰਜਵਾਲ ਕਿਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਗ੍ਰਹਿਣ ਲੱਗਾ ਹੋਵੇ ਸਾਰੇ ਸੂਰਜਵਾਲ ਵੇਖਦੇ ਹਨ ਜੇ ਕੁਦਰਤ ਨੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਅੱਗੇ ਪਿੱਛੇ ਕਰਨ ਦੀ ਖੋਲ ਦਿੱਤੀ ਹੁੰਦੀ ਤਾਂ ਹਰ ਕਿਸੇ ਨੇ ਹਾਸੋਹੀਣਾ ਬਣਿਆ ਹੋਣਾ ਸੀ ਦੁਰਪੱਗ ਇਹ ਹੈ ਕਿ ਮਨੁੱਖ ਪ੍ਰਸ਼ੰਸਾ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਨਾਲੋਂ ਵੀ ਬਧੇਰੇ ਕਦਰ ਕਰਦਾ ਹੈ। ਹਿੱਸੇਦਾਰੀਆਂ ਇਸ ਲਈ ਨਹੀਂ ਨਿਭਦੀਆਂ ਕਿਉਂਕਿ ਕੰਮਾਂ ਨੂੰ ਠੀਕ ਟੰਗ ਨਾਲ ਵੰਡਿਆ ਨਹੀਂ ਗਿਆ ਹੁੰਦਾ। ਇਸਤਰੀਆਂ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਾਉਂਦੀਆਂ ਉਹ ਆਪਣੇ ਪਤੀਆਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ। ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਉਪਜਦੀਆਂ। ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫਾਦਾਰ ਸਭ ਤੋਂ ਪਹਿਲਾਂ ਮੁਕਾਬਤ ਕਰਦੇ ਹਨ। ਭੋਗ ਸਮੇਂ ਸ਼ਰਧਾਂਜਲੀ ਵਿੱਚ ਵਿਛੜੇ ਬੰਦੇ ਦੇ ਗੁਣ ਗਿਣ ਕੇ ਬੋਲਣ ਵਾਲੇ ਅਸਲ ਵਿੱਚ ਇਹ ਕਹਿ ਰਹੇ ਹੁੰਦੇ ਹਨ ਕਿ ਇਹ ਗੁਣ ਉਸ ਵਿੱਚ ਹੋਣੇ ਚਾਹੀਦੇ ਸਨ। ਜੇ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਾਂਗੇ ਤਾਂ ਮਾਪਿਆਂ ਦੇ ਬੁਢਾਪੇ ਵਿੱਚ ਉਹ ਧੀਆ ਵਾਲਾ ਨਹੀਂ ਪੁੱਤਰਾ ਵਾਂਗ ਹੀ ਵਿਹਾਰ ਕਰਨਗੀਆਂ। ਧਾਰਮਿਕ ਸਥਾਨ ਤੇ ਹਸਨ ਦੀ ਆਗਿਆ ਨਾ ਹੋਣ ਕਰਕੇ ਉੱਥੇ ਹਰ ਕੋਈ ਆਪਣੀ ਉਮਰ ਨਾਲੋਂ ਵੱਡਾ ਨਜ਼ਰ ਆਉਂਦਾ ਹੈ ਚਾਪਲੂਸ ਨਾ ਆਪਣੀ ਕਦਰ ਕਰਦਾ ਹੈ ਨਾ ਹੀ ਉਸ ਦੀ ਕਦਰ ਕਰਦਾ ਹੈ ਜਿਸ ਦੀ ਉਹ ਚਾਪਲੂਸੀ ਕਰ ਰਿਹਾ ਹੁੰਦਾ ਹੈ ਚਾਪਲੂਸ ਆਪਣਾ ਢਿੱਡ ਵਜਾਉਂਦਾ ਹੈ ਬਹੁਤ ਅਮੀਰ ਤਾਕਤਵਰ ਅਤੇ ਪ੍ਰਸਿੱਧ ਬੰਦੇ ਅਤੇ ਬਹੁਤ ਕਮਜ਼ੋਰ ਗਰੀਬ ਅਤੇ ਬਦਨਾਮ ਵਿਅਕਤੀ ਤਰਕਸੰਗਤ ਸੋਚ ਦੇ ਧਾਰਨੀ ਨਹੀਂ ਹੁੰਦੇ ਨੀਵੀਂਆ ਥਾਮਾ ਤੋਂ ਉਠੇ ਲੋਕਾਂ ਵਿੱਚ ਵੱਡੇ ਬਣਨ ਦੀ ਕਾਹਲ ਹੁੰਦੀ ਹੈ। ਸ਼ਰਧਾਂਜਲੀਆ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ਼ ਅਤੇ ਪਰਿਵਾਰ ਨੂੰ ਆਪਣੀ ਪ੍ਰਸ਼ੰਸਾ ਸੁਣਨੀ ਚੰਗੀ ਲੱਗ ਰਹੀ ਹੁੰਦੀ ਹੈ। ਹੋਰ ਕਿਸੇ ਦੀ ਸ਼ਰਧਾਂਜਲੀਆ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਕਿਸੇ ਨੂੰ ਸਭ ਕੁਝ ਸਿਖਾਉਂਦੀ ਜੇ ਨਾ ਕਰੋ ਕੋਈ ਨਹੀਂ ਸਿੱਖਦਾ ਕਿਉਂਕਿ ਸਭ ਕੁਝ ਸਿਖਾਏ ਨਹੀਂ ਜਾਂਦੇ ਸਿੱਖੇ ਜਾਂਦੇ ਹਨ। ਜੀ ਕਿਸੇ ਤੇ ਹੱਸਿਆ ਜਾ ਸਕਦਾ ਹੋਵੇ ਤਾਂ ਉਸ ਦੀ ਅਲੋਚਨਾ ਕਰਨ ਦੀ ਲੋੜ ਨਹੀਂ ਪੈਂਦੀ ਪਿਆਰਾ ਸਭ ਕੁਝ ਸਮਝਦਾ ਹੁੰਦਾ ਹੈ ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ ਕਿਸੇ ਸਾਹਮਣੇ ਪ੍ਰਸ਼ੰਸਾ ਦੋ ਉਦੇਸ਼ਾਂ ਦੀਨ ਕੀਤੀ ਜਾਂਦੀ ਹੈ ਪਹਿਲਾ ਇਹ ਕਿ ਉਹ ਜਾਣ ਜਾਵੇ ਕਿ ਅਸੀਂ ਉਸ ਦੀ ਪ੍ਰਸ਼ੰਸਾ ਕੀਤੀ ਹੈ ਦੂਜਾ ਇਹ ਕਿ ਉਹ ਵੀ ਸਾਡੀ ਪ੍ਰਸ਼ੰਸਾ ਕਰੇ ਪਰੰਪਰਾ ਪਰਵਰਤਨ ਦੀ ਦੁਸ਼ਮਣ ਹੁੰਦੀ ਹੈ ਇਸ ਸੰਸਾਰ ਵਿੱਚ ਅਸੀਂ ਜਿਉਣ ਹੀ ਨਹੀਂ ਆਏ ਮਰਨ ਵੀ ਆਏ ਹਾਂ ਉਦਾਰ ਹੋਣ ਤੋਂ ਪਹਿਲਾਂ ਨਿਆਹ ਪੂਰਨ ਹੋਣਾ ਜ਼ਰੂਰੀ ਹੁੰਦਾ ਹੈ ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੋਵੇ ਉਸ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਪੈਂਦੀ ਕਈ ਮਿਹਨਤ ਨਾਲ ਸਿਫਰਾਂ ਵਿੱਚ ਹਿੰਸਾ ਬਣ ਜਾਂਦੇ ਹਨ ਕਈ ਸੁਸਤੀ ਕਾਰਨ ਹਿੱਦਸਿਆਂ ਵਿੱਚ ਸਿਫਰ ਹੀ ਬਣੇ ਰਹਿੰਦੇ ਹਨ ਮਹਾਨ ਬਣਨਾ ਚੰਗੀ ਗੱਲ ਹੈ ਪਰ ਕੇਵਲ ਆਪਣੇ ਆਪ ਨੂੰ ਮਹਾਨ ਸਮਝਣਾ ਨੀਮੀ ਸੋਚ ਦਾ ਪ੍ਰਮਾਨ ਹੁੰਦਾ ਹੈ ਬੇਈਮਾਨ ਉਹ ਕੁਰਬਾਨੀਆਂ ਕਰਦੇ ਹਨ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ ਉਹ ਕੁਰਬਾਨੀਆਂ ਕਰਨ ਤੋਂ ਬਚ ਜਾਣ ਜਿਨ੍ਹਾਂ ਦੀ ਲੋੜ ਹੁੰਦੀ ਹੈ ਮੇਜ਼ ਦਾ ਆਕਾਰ ਆਲੇ ਦੁਆਲੇ ਬੈਠਿਆਂ ਵਿਚਕਾਰ ਗੱਲਬਾਤ ਦੀ ਕਿਸਮ ਨੂੰ ਨਿਰਧਾਰਤ ਕਰਦਾ ਹੈ ਵਪਾਰੀ ਵਾਸਤੇ ਇਮਾਨਦਾਰੀ ਵੀ ਇੱਕ ਸੌਦਾ ਹੁੰਦੀ ਹੈ ਜਦੋਂ ਲੋਕ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਉਤਨੇ ਚੰਗੇ ਢੰਗ ਨਾਲ ਨਹੀਂ ਸਮਝਦੇ ਜਦੋਂ ਅਸੀਂ ਉਹਨਾਂ ਕੋਲ ਜਾਣ ਵੇਲੇ ਉਹਨਾਂ ਨੂੰ ਸਮਝਦੇ ਹਾਂ ਬਚਪਨ ਵਿੱਚ ਬਚਪਨ ਵਿੱਚ ਬੂਟ ਨਾ ਹੋਣ ਕਾਰਨ ਨੰਗੇ ਪੈਰਾਂ ਨਾਲ ਤੁਰਨ ਕਰਕੇ ਪੈਰਾਂ ਦੀਆਂ ਉਂਗਲਾਂ ਫੈਲ ਜਾਣ ਤੇ ਜੀਵਨ ਭਰ ਕੋਈ ਬੂਟ ਪੂਰੇ ਨਹੀਂ ਆਉਂਦੇ ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਇਸ ਔਰਤ ਚੁੱਪ ਹੋ ਜਾਂਦੀ ਹੈ ਪਰ ਆਪਣੇ ਸਹੀ ਹੋਣ ਦੇ ਵਿਸ਼ਵਾਸ ਵਾਲਾ ਪੁਰਸ਼ ਬੋਲ ਹੀ ਜਾਂਦਾ ਹੈ ਬਹੁਤ ਘੱਟ ਅਮੀਰ ਲੋਕ ਇਹ ਜਾਣਦੇ ਹਨ ਕਿ ਕੋਈ ਗਰੀਬ ਕਿਵੇਂ ਸੋਚਦਾ ਹੈ ਜਿਹੜਾ ਪੁਰਸ਼ ਇਸਤਰੀ ਜਾਤੀ ਦੀ ਨਿੰਦਾ ਕਰਦਾ ਹੈ ਅਸਲ ਵਿੱਚ ਉਸ ਨੂੰ ਕਿਸੇ ਇੱਕ ਇਸਤਰੀ ਪ੍ਰਤੀ ਰੋਸ ਹੁੰਦਾ ਹੈ ਬਾਹਰ ਬੜਾ ਸਿਆਣਾ ਸਮਝਿਆ ਜਾਣ ਵਾਲਾ ਲਗਭਗ ਹਰ ਪੁਰਸ਼ ਘਰ ਵੜਦਿਆਂ ਹੀ ਮੂਰਖਾਂ ਵਾਂਗ ਵਿਹਾਰ ਕਰਨ ਲੱਗ ਪੈਂਦਾ ਹੈ ਇਸਤਰੀ ਜੇ ਸੋਹਣੀ ਬਣਨ ਦਾ ਉਚੇਜ ਉਚੇਜ ਕਰੇ ਤਾਂ ਉਹ ਹੋਰ ਵੀ ਕੋਜੀ ਲੱਗਦੀ ਹੈ ਮਨੁੱਖ ਆਦਤਾਂ ਦਾ ਚਲਾਇਆ ਚਲਦਾ ਹੈ ਹਰ ਚੀਜ਼ ਦੀ ਆਦਤ ਪੈ ਜਾਂਦੀ ਹੈ ਪਿੰਡ ਵਿੱਚ ਕਿਸੇ ਦਾ ਪਿਆਰ ਜਦੋਂ ਨਸ਼ਰ ਹੋ ਜਾਵੇ ਤਾਂ ਉਸ ਪਿਆਰ ਦੀ ਚਮਕ ਅਤੇ ਉਸ ਦਾ ਨਿਗ ਘਟ ਜਾਂਦਾ ਹੈ ਸਭ ਕੁਝ ਕਰਕੇ ਵੀ ਪੁਰਸ਼ ਹੈਰਾਨ ਹੁੰਦਾ ਹੈ ਕਿ ਆਖਰੀ ਇਸਤਰੀ ਚਾਹੁੰਦੀ ਕੀ ਹੈ ਇਸਤਰੀਆਂ ਨੂੰ ਹੱਕ ਕੁਦਰਤ ਨਹੀਂ ਦਿੰਦੇ ਹਨ ਸਮਾਜ ਨੇ ਉਹਨਾਂ ਦੇ ਹੱਕ ਖੋਹੇ ਹੀ ਹਨ ਪਿਆਰ ਦਾ ਮੁੱਢਲਾ ਅਨੁਭਵ ਸਿਆਣਿਆਂ ਨੂੰ ਮੂਰਖ ਅਤੇ ਮੂਰਖਾਂ ਨੂੰ ਫਿਲਾਸਫਰ ਬਣਾਉਣ ਦਾ ਭਲੇਖਾ ਪਾਉਂਦਾ ਹੈ ਸ਼ੀਸ਼ਾ ਚੁੱਪ ਰਹਿ ਕੇ ਆਪਣਾ ਫੈਸਲਾ ਸੁਣਾਉਂਦਾ ਹੈ ਜਿਹੜੇ ਪੁਰਸ਼ ਇਸਤਰੀਆਂ ਦਾ ਬਹੁਤ ਅਧਿਕ ਸਤਿਕਾਰ ਕਰਦੇ ਹਨ ਉਹ ਇਸਤਰੀਆਂ ਵਿੱਚ ਅਧਿਕ ਹਰਮਨ ਪਿਆਰੇ ਨਹੀਂ ਹੁੰਦੇ ਚਲਾਕ ਬੰਦਾ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਭ ਤੋਂ ਉਸਦੀ ਚਲਾਕੀ ਹੀ ਹੁੰਦੀ ਹੈ ਇਸਤਰੀ ਦੀ ਵਿਦੇਸ਼ ਨੀਤੀ ਵਿੱਚ ਨਹੀਂ ਕ੍ਰੇਡਲੂ ਅਤੇ ਸਮਾਜਿਕ ਰਾਜਨੀਤੀ ਵਿੱਚ ਦਿਲਚਸਪੀ ਹੁੰਦੀ ਹੈ ਇਸਤਰੀ ਕਵਿਤਾ ਵਾਂਗ ਸੋਚਦੀ ਹੈ ਅਤੇ ਚਾਹੁੰਦੀ ਹੈ ਕਿ ਉਸਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ ਆਪਣੀ ਉਮਰ ਵਿੱਚੋਂ ਇਸਤਰੀ ਜਿੰਨੇ ਸਾਲ ਕਟਾ ਕੇ ਦੱਸਦੀ ਹੈ ਉਤਨੇ ਸਾਲ ਹੋ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ ਜਿਹੜੀ ਉਸ ਨੂੰ ਚੰਗੀ ਨਹੀਂ ਲੱਗਦੀ ਜੇ ਮੂਰਖ ਕੋਲ ਕਲਪਨਾ ਨਾ ਹੁੰਦੀ ਤਾਂ ਉਸ ਨੂੰ ਜਮਾਦਾਰਨੀ ਜਾਂ ਮਹਾਰਾਣੀ ਵਿੱਚ ਕੋਈ ਅੰਤਰ ਨਹੀਂ ਸੀ ਦਿਖਾਈ ਦੇਣਾ ਅਨਪੜ ਪਤਨੀ ਦੀ ਵਿਦਵਾਨ ਪਤੀ ਨਾਲ ਨਿਭ ਜਾਂਦੀ ਹੈ ਪਰ ਪੜੀ ਲਿਖੀ ਪਤਨੀ ਦੀ ਅਨਪੜ ਪਤੀ ਨਾਲ ਕਦੇ ਨਹੀਂ ਨਿਭਦੀ ਪੁਰਸ਼ ਇਸਤਰੀ ਲਈ ਤਾਂਘਦਾ ਹੈ ਅਤੇ ਇਸਤਰੀ ਨਿਰੰਤਰ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਗੇ ਅਤੇ ਤੰਗਦਾ ਰਹੇ ਰੰਗ ਰੋਸ਼ਨੀ ਵੀ ਜ਼ਬਾਨ ਹੁੰਦੇ ਹਨ ਪਿਆਰੇ ਦੇ ਦੇਤੇ ਦੁੱਖ ਵੀ ਸੁੱਖਾਂ ਵਾਂਗ ਹੰਡਾਏ ਜਾਂਦੇ ਹਨ ਮਨੁੱਖ ਸੋਚਣ ਅਨੁਸਾਰ ਨਹੀਂ ਜਿਉਂਦਾ ਉਹ ਜਿਉਂਦਾ ਅਨੁਸਾਰ ਸੋਚਦਾ ਹੈ ਜੇ ਪੁਰਸ਼ ਇਸਤਰੀ ਦੀ ਸਿਫਤ ਕਰੇ ਸਮਝੋ ਸਭ ਕੁਝ ਠੀਕ ਹੋ ਜਾਵੇਗਾ ਜੇ ਇਸਤਰੀ ਪੁਰਸ਼ ਦੀ ਸਿਫਤ ਕਰੇ ਸਮਝੋ ਸਭ ਕੁਝ ਠੀਕ ਹੈ ਪੁਰਸ਼ਾਂ ਕਾਰਨ ਇਸਤਰੀਆਂ ਇੱਕ ਦੂਜੀ ਨਾਲ ਸਾੜਾ ਕਰਦੀਆਂ ਹਨ ਇਸਤਰੀਆਂ ਕਾਰਨ ਪੁਰਸ਼ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ ਸੱਚਾ ਪਿਆਰ ਕਰਨਾ ਭੂਤ ਵੇਖਣ ਵਾਂਗ ਹੁੰਦਾ ਹੈ ਭੂਤ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਵੇਖਿਆ ਕਿਸੇ ਨੇ ਨਹੀਂ ਹੁੰਦਾ ਪੁਰਸ਼ਾਂ ਨੂੰ ਖੁਸ਼ੀ ਵੱਧ ਪੈਸੇ ਕਮਾ ਕੇ ਮਿਲਦੀ ਹੈ ਇਸਤਰੀਆਂ ਚੰਗੇ ਟੁਕਮੇ ਅਤੇ ਧਿਆਨ ਖਿੱਚਵੇਂ ਲਿਬਾਸ ਪਹਿਨਣ ਨਾਲ ਪ੍ਰਸੰਨ ਹੁੰਦੀਆਂ ਹਨ ਜੇ ਸਾਰਿਆਂ ਦੀ ਪ੍ਰਸ਼ੰਸਾ ਗਵਾ ਕੇ ਕੇਵਲ ਇੱਕ ਦੀ ਆਲੋਚਨਾ ਸਹੀੜਨੀ ਹੋਵੇ ਤਾਂ ਵਿਆਹ ਕਰਾ ਲਓ ਇਸਤਰੀ ਜਿਸ ਨੂੰ ਪਰਮਾਉਣਾ ਚਾਹਣ ਦੇ ਬਾਵਜੂਦ ਪਰਮਾ ਨਾ ਸਕੇ ਉਸ ਨੂੰ ਉਹ ਕਦੇ ਮਾਫ ਨਹੀਂ ਕਰਦੀ ਪਿਆਰ ਦੇ ਉਸੂਲ ਨਹੀਂ ਹੁੰਦੇ ਪਿਆਰ ਸਾਰੇ ਉਸੂਲ ਤੋੜ ਕੇ ਕੀਤਾ ਜਾਂਦਾ ਹੈ ਜੇ ਨੌਕਰੀ ਲਈ ਮੁਲਾਕਾਤ ਦੀ ਚਿੱਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕਿ ਕੀ ਕਹਾਂਗਾ ਇਸਤਰੀ ਸੋਚਦੀ ਹੈ ਕਿ ਕੀ ਪਹਿਨਾਂਗੀ ਵੱਡੇ ਬੰਦਿਆਂ ਦੀਆਂ ਸਵੈ ਜੀਵਨੀਆਂ ਸੰਖੇਪ ਹੁੰਦੀਆਂ ਹਨ ਕਿਸੇ ਕਵੀ ਦਾ ਕਹਿਣਾ ਕਿ ਉਸ ਨੂੰ ਹਰ ਨਵੇਂ ਕਵਿਤਾ ਲਈ ਨਵੇਂ ਪਿਆਰ ਦੀ ਲੋੜ ਹੈ। ਉਵੇਂ ਹੀ ਹੈ ਜਿਵੇਂ ਸੰਗੀਤਕਾਰ ਕਹੇ ਕਿ ਉਸ ਨੂੰ ਹਰ ਨਵੀਂ ਧੁਨ ਲਈ ਨਵੇਂ ਹਾਰਮੋਨੀਅਮ ਦੀ ਲੋੜ ਹੈ। ਪਿਆਰ ਦਾ ਜਵਾਨੀ ਨਾਲ ਸਿੱਧਾ ਸਬੰਧ ਹੈ। ਪਿਆਰ ਕਰਦਿਆਂ ਆਪਣੇ ਆਪ ਨੂੰ ਜਵਾਨ ਨਾ ਸਮਝਣਾ ਅਸੰਭਵ ਹੁੰਦਾ ਹੈ। ਜਸ਼ਨ ਅਕਸਰ ਕਿਸੇ ਮਹਿੰਮ ਵਿੱਚ ਸਫਲ ਹੋਣ ਤੇ ਮਨਾਏ ਜਾਂਦੇ ਹਨ। ਕੇਵਲ ਵਿਆਹ ਵਿੱਚ ਜਸ਼ਨ ਮਹਿੰਮ ਦੇ ਆਰੰਭ ਵਿੱਚ ਮਨਾਏ ਜਾਂਦੇ ਹਨ। ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿੱਚ ਵਿਚਰਦਾ ਹੈ। ਇਸਤਰੀ ਹਵਾ ਵਾਂਗ ਨਿੱਕੇ-ਨਿੱਕੇ ਹਵਾਲਿਆਂ ਨਾਲ ਛੂੰਦੀ ਹੈ। ਵਿਕਾਸ ਕਰਨ ਦੀ ਇੱਛਾ ਆਪਣੀ ਆਮਦਨ ਤੋਂ ਵਧੇਰੇ ਖਰਚ ਕਰਨ ਦੀ ਇੱਛਾ ਵਿੱਚ ਉਪਜਦੀ ਹੈ। ਪਿਆਰ ਕਰ ਰਹੇ ਪ੍ਰੇਮੀਆਂ ਨੂੰ ਵਿਆਹਾਂ ਨਾਲੋਂ ਵੀ ਵਧੇਰੇ ਸਮੱਸਿਆਵਾਂ, ਤੋਖਲਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ੰਸਾ ਸੁਣਨੀ ਅਤੇ ਦੂਜਿਆਂ ਦੀ ਨਕਲ ਕਰਨੀ ਕੇਵਲ ਮਨੁੱਖ ਦੇ ਲੱਛਣ ਹਨ। ਜਦੋਂ ਬੱਚਿਆਂ ਨੂੰ ਨਲਾਇਕਾਂ ਹੱਥੋਂ ਇਨਾਮ ਦਵਾਏ ਜਾਣ ਤਾਂ ਉਸ ਸਮੇਂ ਉਹਨਾਂ ਨੂੰ ਅਸੀਂ ਭ੍ਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ ਅਸਮਾਨ ਅਤੇ ਦਰਖਤਾਂ ਨੂੰ ਰੋਜ਼ ਵੇਖਣ ਨਾਲ ਦ੍ਰਿਸ਼ਟੀ ਤੰਦਰੁਸਤ ਰਹਿੰਦੀ ਹੈ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸਾਨੂੰ ਨੇੜੇੋਂ ਪ੍ਰਭਾਵਿਤ ਕਰਦੇ ਹਨ ਇੱਕ ਪਰੋਸੇਜੋਗ ਦੋਸਤ ਇੱਕ ਵਿਦਵਾਨ ਅਧਿਆਪਕ ਇੱਕ ਸੋਹਣਾ ਪਿਆਰ ਇੱਕ ਚੰਗਾ ਸ਼ੌਂਕ ਆਧ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ ਹਰ ਪਾਲਤੂ ਜਾਨਵਰ ਦੀ ਸ਼ਕਲ ਅੰਤ ਨੂੰ ਆਪਣੇ ਮਾਲਕ ਦੀ ਸ਼ਕਲ ਨਾਲ ਮਿਲਣ ਲੱਗ ਪੈਂਦੀ ਹੈ। ਜਵਾਨ ਮੁੰਡੇ, ਕੁੜੀਆਂ ਜਿੱਥੇ ਵੀ ਇਕੱਠੇ ਹੋ ਜਾਣ, ਮਹਿਫਿਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਜੋੜੀਆਂ ਬਣਨ ਤੱਕ ਜਾਰੀ ਰਹਿੰਦੀ ਹੈ। ਦੋਸਤਾਂ ਨੂੰ ਗਿਣਨਾ ਨਹੀਂ ਚਾਹੀਦਾ ਕਿਉਂਕਿ ਦੋਸਤ ਕਦੀ ਇਤਨੇ ਹੁੰਦੇ ਹੀ ਨਹੀਂ ਕਿ ਗਿਣਨ ਦੀ ਲੋੜ ਪਵੇ। ਪਤਨੀ ਚਾਹੁੰਦੀ ਹੈ ਜਿੰਨਾ ਚਿਰ ਉਹ ਚਾਹਵੇ, ਪਤੀ ਉਸ ਕੋਲ ਰਹੇ। ਪਤੀ ਚਾਹੁੰਦਾ ਹੈ ਜਿੰਨਾ ਚਿਰ ਉਹ ਚਾਹੇ, ਘਰੋਂ ਬਾਹਰ ਰਹਿ ਸਕੇ। ਜਿੰਨੇ ਦੋਸਤ ਹੋਣ ਦਾਸੀਂ ਭਰਮ ਪਾਲਦੇ ਹਾਂ ਉਤਨੇ ਹੁੰਦੇ ਨਹੀਂ ਲੰਗਰ ਵਿੱਚ ਸੰਗਤ ਪੰਗਤ ਬਦਲਦੀ ਹੈ ਦਾਲ ਉਹੀ ਰਹਿੰਦੀ ਹੈ ਜਦੋਂ ਵੀ ਕੋਈ ਇਸਤਰੀ ਪੁਰਸ਼ ਚੰਗੇ ਮੌਸਮ ਦੀ ਗੱਲ ਕਰਨ ਤਾਂ ਉਹਨਾਂ ਦਾ ਉਦੇਸ਼ ਕੇਵਲ ਮੌਸਮ ਵਿਚਾਰਨਾ ਨਹੀਂ ਹੁੰਦਾ ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ ਸਭੇ ਵਿਸ਼ਵਾਸ ਵਧਦਾ ਹੈ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਵਫਾदार ਹੋਣ ਦਾ ਪੂਰਾ ਅਫਸਰ ਦਿੰਦੇ ਹਨ ਪੱਖਪਤੀ ਹੋਏ ਬਿਨਾ ਕਿਸੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ ਇਹ ਨਿਯਮ ਨਫ਼ਰਤ ਉੱਤੇ ਵੀ ਲਾਗੂ ਹੁੰਦਾ ਹੈ ਸਾਨੂੰ ਆਪਣੇ ਦੋਸਤਾਂ ਦੇ ਨੁਕਸ ਪਤਾ ਹੁੰਦੇ ਹਨ ਪਰ ਦੋਸਤੀ ਕਰਨੇ ਅਸੀਂ ਦੱਸਦੇ ਨਹੀਂ ਜਦੋਂ ਡਾਕਟਰ ਨੂੰ ਬਿਮਾਰੀ ਸਮਝ ਨਹੀਂ ਪੈਂਦੀ ਤਾਂ ਉਹ ਲਾਭ ਪਹੁੰਚਾਉਣ ਦੀ ਥਾਂ ਨੁਕਸਾਨ ਵਧੇਰੇ ਕਰਦਾ ਹੈ ਦਰਦ ਸਾਨੂੰ ਅਗਿਆਕਾਰੀ ਬਣਾ ਦਿੰਦਾ ਹੈ ਜਿਉਂ-ਜਿਉਂ ਪੁਲਿਸ ਦਾ ਅਮਲਾ ਵੱਧਾ ਹੈ ਜੁਰਮ ਘਟਦੇ ਨਹੀਂ ਵੱਧਦੇ ਹਨ ਡਾਕਟਰੀ ਇੱਕ ਵਿਗਿਆਨ ਹੈ ਡਾਕਟਰੀ ਚਲਾਉਣੀ ਕਲਾ ਹੈ ਜਿਹੜੇ ਆਪਣੀ ਬਿਮਾਰੀ ਦੇ ਵੇਰਵੇ ਦਿਲਚਸਪੀ ਨਾਲ ਸੁਣਾਉਂਦੇ ਹਨ ਉਹਨਾਂ ਲਈ ਮਹੱਤਵਪੂਰਨ ਬਿਮਾਰੀ ਨਹੀਂ ਹੁੰਦੀ ਉਹ ਆਪ ਹੁੰਦੇ ਹਨ ਅਕਸਰ ਪੁਜਾਰੀ ਦਾ ਦੋਸਤ ਨਾਸਤਕ ਡਾਕਟਰ ਦਾ ਦੋਸਤ ਰੋਗੀ ਦੁਲਾਲ ਦਾ ਦੋਸਤ ਕੰਗਾਲ ਅਤੇ ਥਾਣੇਦਾਰ ਦਾ ਦੋਸਤ ਅਪਰਾਧੀ ਹੋਣੇ ਪੜਦਾ ਹੈ ਵਡਿਆਉਣ ਅਤੇ ਵੰਡਣ ਵੇਲੇ ਸਧਾਰਨ ਸ਼ਬਦ ਸਫਲ ਨਹੀਂ ਹੁੰਦੇ ਇਸ ਲਈ ਖੁੱਲਕੇ ਵਿਸ਼ੇਸ਼ਣ ਵਰਤੇ ਜਾਂਦੇ ਹਨ ਬਧੇਰੇ ਵਿਆਕਰਨ ਜਾਣਨ ਵਾਲੇ ਬੜੀ ਅਕਾਊ ਗੱਲਬਾਤ ਕਰਦੇ ਹਨ ਦਰਜਿਆਂ ਨੂੰ ਆਪਣਾ ਵਾਦਾ 21ਵੀਂ ਵਾਰ ਨਹੀਂ ਤੋੜਨਾ ਚਾਹੀਦਾ ਹਰ ਵਿਕਾਸ ਵਿੱਚ ਕੁਝ ਨਾ ਕੁਝ ਨਿਕਰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ